ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਗਲਿਆਰੇ ਦੇ ਬਾਹਰ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਲਗਾਏ ਗਏ ਬੁੱਤਾਂ ਨੂੰ ਹਟਾਉਣ ਲਈ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਿੱਤੇ ਗਏ ਸੱਦੇ ਦੇ ਮੁਤਾਬਕ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਹੈਰੀਟੇਜ ਸਟਰੀਟ ਤੇ ਲਗਾਏ ਗਏ ਬੁੱਤਾਂ ਨੂੰ ਤੋੜਨ ਲਈ ਸ਼੍ਰੀ ਹਰਿਮੰਦਰ ਸਾਹਿਬ ਵੱਲ ਨੂੰ ਰਵਾਨਾ ਹੋਏ, ਪਰ ਪੁਲਿਸ ਨੇ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਇਸ ਮੌਕੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਹੈਰੀਟੇਜ ਸਟਰੀਟ ਦੇ ਉੱਪਰ ਲਗਾਏ ਗਏ ਵੱਖ ਵੱਖ ਬੁੱਤਾਂ ਨੂੰ ਹਟਾਉਣ ਦੀ ਮੰਗ ਰੱਖੀ ਹੈ। ਉਹਨਾਂ ਨੇ ਇਸ ਨੂੰ ਲੱਚਰਤਾ ਦਾ ਨਾਮ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੂੰ ਮਨਜ਼ੂਰ ਨਹੀਂ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੱਲੋਂ ਜਦੋਂ ਦਰਬਾਰ ਸਾਹਿਬ ਨੂੰ ਜਾਣ ਵਾਲੀ ਇਸ ਹੈਰੀਟੇਜ ਸਟਰੀਟ ਨੂੰ ਬਣਾਇਆ ਗਿਆ ਸੀ ਤਾਂ ਉਸ ਸਮੇਂ ਇਹ ਬੁੱਤ ਲਗਾਏ ਗਏ ਸਨ, ਜਿੱਥੇ ਖੜ੍ਹੇ ਹੋ ਕੇ ਇੱਥੇ ਆਉਣ ਵਾਲੇ ਸੈਲਾਨੀ ਉਹਨਾਂ ਦੇ ਨਾਲ ਫੋਟੋਆਂ ਵੀ ਖਿਚਾਉਂਦੇ ਹਨ। ਇਸੇ ਗੱਲ ਨੂੰ ਲੈ ਕੇ ਹੀ ਸਿੱਖ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਅਤੇ ਇੱਥੇ ਲੱਚਰਤਾ ਨਹੀਂ ਹੋਣ ਦਿੱਤੀ ਜਾਵੇਗੀ। ਅਕਸਰ ਵੇਖਣ 'ਚ ਆਉਂਦਾ ਹੈ ਕਿ ਪੰਜਾਬੀ ਸੱਭਿਆਚਾਰ ਨਾਲ ਬੁੱਤਾਂ ਨਾਲ ਖੜ੍ਹੇ ਹੋ ਕੇ ਵੱਖ ਵੱਖ ਸੈਲਾਨੀ ਆਪਣੀਆਂ ਫੋਟੋਆਂ ਵੀ ਉਸੇ ਅੰਦਾਜ਼ ਵਿੱਚ ਖਿਚਾਉਂਦੇ ਹਨ, ਜਿਸ ਕਰਕੇ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਧਾਰਮਿਕ ਤੌਰ 'ਤੇ ਸੱਟ ਵੱਜਦੀ ਹੈ। ਇਹੀ ਕਾਰਨ ਹੈ ਕਿ ਅੱਜ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਇਹਨਾਂ ਸੱਭਿਆਚਾਰ ਨਾਲ ਸੰਬੰਧਿਤ ਬੁੱਤਾਂ ਨੂੰ ਹਟਾਉਣ ਲਈ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਹੈ। ਧਰਨਾ ਦੇ ਰਹੇ ਹਾਂ, ਇਹ ਬੁੱਤਾਂ ਦੇ ਸੰਬੰਧ ਵਿੱਚ ਦਿੱਤਾ ਜਾ ਰਿਹਾ ਹੈ ਕਿ ਜੋ ਬੁੱਤ ਸ਼੍ਰੀ ਦਰਬਾਰ ਸਾਹਿਬ ਦੇ ਰਸਤੇ ਨੂੰ ਜਾਣ ਵਾਲੇ ਦੇ ਵਿੱਚ ਰਸਤੇ ਵਿੱਚ ਜੋ ਬੁੱਤ ਲਾਏ ਗਏ ਆ ਉਹ ਸਿੱਖੀ ਸਿਧਾਂਤਾਂ ਦੇ ਉਲਟ ਹੈ, ਕਿਉਂਕਿ ਸਿੱਖ ਬੁੱਤਾਂ ਦੀ ਪੂਜਾ ਨਹੀਂ ਕਰਦਾ, ਬੁੱਤਾਂ ਨੂੰ ਮੱਥਾ ਨਹੀਂ ਟੇਕਦਾ, ਬੁੱਤ ਇਹੋ ਜਿਹੇ ਭੰਗੜੇ ਪੈਂਦੇ ਨਾ ਸਿੱਖ ਵੇਖਦਾ ਨਾ ਵੇਖੂ। ਅਸੀਂ ਸਿੱਖ ਲੋਕ ਅੰਮ੍ਰਿਤਧਾਰੀ ਜਿਹੜੇ ਬੱਚਿਆਂ ਦੇ ਵਿਆਹ ਕਰਦੇ, ਅਸੀਂ ਘਰਾਂ ਵਿੱਚ ਕੋਈ ਸਾਊਂਡ DJ ਵਗੈਰਾ ਕੋਈ ਨਹੀਂ ਲਾਉਂਦੇ, ਕੋਈ ਇਹੋ ਜਿਹਾ ਲੱਚਰ ਕੰਮ ਨਹੀਂ ਕਰਾਉਂਦੇ। ਇਹ ਅੰਮ੍ਰਿਤਧਾਰੀ ਸਿੱਖਾਂ ਦੀ ਜ਼ਮੀਰ ਜਾਗਦੀ ਆ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਆ। ਬਾਕੀ ਹੋਰ ਵੀ ਲੋਕ ਜਿਹੜੇ ਗੁਰੂ ਕੇ ਸਿੱਖ ਆ ਉਹ ਵੀ ਵਿਰੋਧ ਕਰ ਰਹੇ ਆ। ਅੱਜ ਦਾ ਪ੍ਰੋਜੈਕਟ ਇਹੋ ਹੀ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਕੱਲ੍ਹ ਬੇਨਤੀ ਕੀਤੀ ਸੀ, DC ਸਾਹਿਬ ਨੂੰ ਬੜੇ ਦਿਨਾਂ ਦਾ ਮੰਗ ਪੱਤਰ ਦਿੱਤਾ, ਕੱਲ੍ਹ ਫਿਰ ਮਿਲੇ ਆ। ਉਹਨਾਂ ਵਿਸ਼ਵਾਸ ਦਵਾਇਆ ਸੀ ਕਿ ਤੁਸੀਂ ਬੁੱਤਾਂ ਦੇ ਲਾਗੇ ਜਾ ਸਕਦੇ ਹੋ, ਉੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਵਾਪਸ ਤੁਸੀਂ ਜਾਣਾ। ਅਸੀਂ ਇੱਥੋਂ ਕਾਲੀ ਫੂਲਾ ਸਿੰਘ ਦੇ ਬੁਰਜ ਤੋਂ ਚੱਲ ਕੇ ਆ ਚੌਂਕ ਦੇ ਵਿੱਚ ਆਏ ਹਾਂ, ਇੱਥੇ ਸਾਨੂੰ ਡੱਕ ਲਿਆ ਗਿਆ, ਸਾਨੂੰ ਧੱਕੇ ਵੀ ਮਾਰੇ ਗਏ, ਧੱਕੇ ਸ਼ਾਹੀ ਵੀ ਕੀਤੀ ਗਈ ਸਾਡੇ ਨਾਲ, ਅਤੇ ਸਾਡੇ ਨਾਲ ਦੁਰਵਿਵਹਾਰ ਇਹਨਾਂ ਦੇ ਮੁਲਾਜ਼ਮਾਂ ਨੇ ਬਹੁਤ ਕੀਤਾ। ਮੇਰਾ ਨਾਮ ਜੀ ਮਨਿੰਦਰ ਕੌਰ ਆ। ਪਹਿਲਾਂ ਤਾਂ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਧਰਨਾ ਸਾਡਾ ਲਾਉਣ ਦਾ ਮਕਸਦ ਇਹੋ ਸੀ ਕਿ ਅਸੀਂ ਜੋ ਲੱਚਰਚਾ ਦੇ ਬੁੱਤ ਲੱਗੇ ਹੋਏ ਨੇ ਦਰਬਾਰ ਸਾਹਿਬ ਦੇ ਆਉਣ ਵਾਲੇ ਰਸਤੇ ਦੇ ਵਿੱਚ, ਉਹ ਸਾਨੂੰ ਸਿੱਖ ਇਤਿਹਾਸ ਮੁਤਾਬਕ ਸਾਨੂੰ ਨਹੀਂ ਚੰਗੇ ਲੱਗੇ, ਸਾਡੇ ਗੁਰਮਰਿਆਦਾ ਅਨੁਸਾਰ ਉਹ ਉਲਟ ਨੇ ਸਾਡੀ ਗੁਰਮਰਿਆਦਾ ਤੋਂ, ਅਤੇ ਅਸੀਂ ਇਹਦਾ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ। ਸਾਨੂੰ ਕੱਲ੍ਹ DC ਸਾਹਿਬ ਨਾਲ ਵੀ ਸਾਡੀ ਇਹਨਾਂ ਨੇ ਮੀਟਿੰਗ ਰਖਾਈ ਸੀ, SPD ਹਰਪਾਲ ਸਿੰਘ ਜੀ ਹੋਣਾ ਨੇ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਤੁਸੀਂ ਉੱਥੇ ਜਾ ਕੇ ਇੱਕ ਜਪਜੀਤ ਸਾਹਿਬ ਦਾ ਪਾਠ ਤੁਸੀਂ ਕਰ ਸਕਦੇ ਹੋ ਅਤੇ ਤੁਸੀਂ ਇੱਕ ਘੰਟਾ ਆਪਣਾ ਉੱਥੇ ਜਾ ਕੇ ਪ੍ਰੋਟੈਸਟ ਕਰ ਸਕਦੇ ਹੋ।
ਜਦੋਂ ਕਿ ਸਾਨੂੰ ਇਹਨਾਂ ਨੇ ਉੱਥੋਂ ਤੱਕ ਪਹੁੰਚਣ ਨਹੀਂ ਦਿੱਤਾ, ਅੱਜ ਆਪਣੀ ਜ਼ਬਾਨ ਤੋਂ ਮੁੱਕਰ ਗਏ ਨੇ। ਮੈਂ ਕਹਿੰਦੀ ਹਾਂ ਵੀ ਅਸੀਂ ਸੁਣਦੇ ਹੁੰਦੇ ਸੀ ਕਿ ਅਸੀਂ ਗੁਲਾਮ ਹਾਂ, ਅੱਜ ਸਾਨੂੰ ਵਿਸ਼ਵਾਸ ਹੋ ਗਿਆ ਕਿ ਵਾਕਿਆ ਸਾਡੀ ਸਿੱਖ ਕੌਮ ਜਿਹੜੀ ਹੈ ਗੁਲਾਮ ਆ, ਅਤੇ ਸਾਨੂੰ ਬਣਾਇਆ ਕਿੰਨਾ ਆਪਣਿਆਂ ਨੇ। ਇਹ ਮੇਰੇ ਵੀਰ ਕਹਿੰਦੇ ਨੇ, ਪੰਜਾਬ ਪੁਲਿਸ ਵਾਲੇ ਮੇਰੇ ਵੀਰ ਕਹਿੰਦੇ ਵੀ ਅਸੀਂ ਵੀ ਸਿੱਖ ਹਾਂ। ਮੈਂ ਕਹਿੰਦੀ ਵੀਰੋ ਜੇ ਤੁਸੀਂ ਸਿੱਖ ਜੇ, ਮੈਨੂੰ ਇੱਕ ਗੱਲ ਦਾ ਸਟੇਟਮੈਂਟ ਮੇਰੀ ਪੰਜਾਬ ਪੁਲਿਸ ਵਾਲੇ ਜਿਹੜੇ ਸਰਦਾਰ ਵੀਰ ਨੇ ਉਹ ਸਟੇਟਮੈਂਟ ਦੇ ਦੇਣਾ ਕਿ ਮੈਨੂੰ ਕਲੀਅਰ ਕਰ ਦਿਓ ਵੀ ਤੁਸੀਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਜੀ ਦੇ ਸਿੱਖ ਕਿ ਜਾਂ ਮੱਸੇ ਰੰਗੜ ਦੇ ਸਿੱਖ ਦੇ। ਬਸ ਇਸ ਤੋਂ ਵੱਧ ਮੈਂ ਨਹੀਂ ਕੁਛ ਵੀ ਚਾਹੁੰਦੀ, ਸ਼ਾਂਤ ਮੈਂ ਹੀ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੀ। ਸੰਵਿਧਾਨ ਦੇ ਵਿੱਚ ਵੀ ਲਿਖਿਆ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ, ਹਰ ਇੱਕ ਬੰਦੇ ਨੂੰ ਹੱਕ ਆ ਕਿ ਜਦੋਂ ਕਿ ਸਾਡੇ ਕੋਲ ਹੱਕ ਹੀ ਖੋਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਪੰਜਾਬ ਟੂਡੇ।